ਜਿਨ੍ਹਾਂ ਨੂੰ ਇਹ ਲੱਗਦਾ ਰਹਿੰਦਾ ਨਾ ਵੀ ਮੈਂ ਨਿੰਦਿਆ ਕਰਦਾ ਰਹਿੰਦਾ, ਤੇ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹੁੰਦਾ, ਇੱਕ ਆਪਣਾ ਮਤਲਬ ਪੱਖ ਪੇਸ਼ ਕਰਨਾ ਚਾਹੁੰਦਾ। ਮੈਂ ਇਹ ਸਮਝਦਾ ਵੀ ਸਿੱਖੀ ਜਿਹੜੀ ਹੈਗੀ ਆ ਸਾਡੀ ਹੀਰੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ। ਚਾਹੇ ਆਪਾਂ ਸੋਨਾ ਕਹਿ ਲਈਏ ਉਦਾਹਰਣ ਦੇ ਤੌਰ 'ਤੇ, ਮਤਲਬ ਵੀ ਇਹਦੇ ਵਿੱਚ ਮਿਲਾਵਟ ਮਾੜੀ ਵੀ ਜਿਹੜੀ ਹੈਗੀ ਸਾਨੂੰ ਬਰਦਾਸ਼ਤ ਨਹੀਂ। ਅਸੀਂ ਇਹਨੂੰ ਟੌਪ 'ਤੇ ਰੱਖਣਾ ਚਾਹੁੰਦੇ ਹਾਂ, ਟੌਪ 'ਤੇ। ਨਿੰਦਿਆ ਮੈਂ ਇਸ ਕਰਕੇ ਕਰਦਾ ਰਹਿੰਦਾ ਜਾਂ ਹੋਰ ਜਿਹੜੇ ਤੁਹਾਨੂੰ ਲੱਗਦਾ ਨਿੰਦਿਆ, ਅਸੀਂ ਤਾਂ ਨਹੀਂ ਕਹਿੰਦੇ ਅਸੀਂ ਨਿੰਦਿਆ, ਨਿੰਦਿਆ ਉਹ ਚੀਜ਼ ਹੁੰਦੀ ਹੈ ਜਿਹੜੀ ਆਪਣੇ ਕੋਲੋਂ ਬਣਾ ਕੇ ਗੱਲ ਕੀਤੀ ਜਾਣੀ। ਮੈਂ ਜਿੰਮ ਲਾਉਣਾ ਆ, ਮੈਂ ਉਦਾਹਰਣ ਉਹਦੀ ਦੇ ਕੇ ਤੁਹਾਨੂੰ ਸਮਝਾ ਦਿੰਦਾ। ਮੰਨ ਲਓ ਵੀ ਗੁਰਜਿੰਦਰ ਸਿੰਘ 50 ਕਿਲੋ ਭਾਰ ਚੱਕਦਾ, ਕੋਈ ਮੇਰੀ ਉਸਤਤ ਦੇ ਵਿੱਚ ਕਿਸੇ ਕੋ ਫੁਕਰੀ ਮਾਰ ਦੇਵੇ, ਗੁਰਜਿੰਦਰ ਸਿੰਘ 70 ਕਿਲੋ ਭਾਰ ਚੱਕਦਾ, ਉਹ ਹੋ ਗਈ ਮੇਰੀ ਉਸਤਤ। ਤੇ ਕੋਈ ਕਹਿ ਦੇਵੇ ਨਹੀਂ ਗੁਰਜਿੰਦਰ ਸਿੰਘ 30 ਕਿਲੋ ਹੀ ਚੱਕ ਸਕਦਾ ਵਾ, ਠੀਕ ਹੈ, ਉਹ ਹੋ ਗਈ ਮੇਰੀ ਨਿੰਦਿਆ। 50 ਨੂੰ 50 ਕਹਿਣਾ ਨਿੰਦਿਆ ਨਹੀਂ ਹੈਗੀ। ਤੇ ਸਾਡਾ ਮਕਸਦ ਇਹ ਹੀ ਆ ਕਿ ਸਿੱਖੀ ਸਾਡੀ ਬਹੁਤ ਉੱਚੀ ਸੁੱਚੀ ਆ, ਨੰਬਰ 1 ਤੇ ਅਸੀਂ ਸਿੱਖੀ ਨੂੰ ਗਿਣਦੇ ਹਾਂ ਬਾਕੀ ਸਾਰੇ ਧਰਮਾਂ 'ਚੋਂ। ਤੇ ਕੁਆਲਿਟੀ ਇੰਨੀ ਹੋਣੀ ਚਾਹੀਦੀ ਨਾ, ਪਿਓਰਿਟੀ ਇੰਨੀ ਹੋਣੀ ਚਾਹੀਦੀ ਹੈ ਵੀ ਜਿਹੜੀ ਖਰੀਦੀ ਨਾ ਜਾ ਸਕੇ। ਤੇ ਤੁਸੀਂ ਚਾਹੁੰਦੇ ਆ ਵੀ ਜਿਹੜੇ ਕੱਚੇ ਪਿੱਲੇ ਜਿਹੜੇ ਸਿੱਖੀ ਦੇ ਵਿੱਚ ਜਿਨ੍ਹਾਂ ਦਾ ਵਾਹ ਵਾਸਤਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਵੀ ਕਹੀਏ ਵੀ ਘੋੜਾ ਗਧਾ ਬਰਾਬਰ ਕਦੇ ਨਹੀਂ ਹੋ ਸਕਦਾ। ਜਿਹੜੀ ਚੀਜ਼ ਦੇ ਵਿੱਚ ਕਮੀਆਂ ਵਾ, ਗਲਤੀਆਂ ਵਾ, ਅਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਸਾਡਾ ਮਕਸਦ ਇਹ ਨਹੀਂ ਹੈਗਾ ਵੀ ਹਾਂ ਵੀ ਜੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਅਤੇ ਉਹਨੂੰ ਕਹੀਏ ਵੀ ਭਾਈ ਤੂੰ ਧਰਮ 'ਚੋਂ ਬਾਹਰ ਚੱਲ ਜਾ। ਸਾਡਾ ਮਕਸਦ ਇਹ ਆ ਉਹਨੂੰ ਬੰਦੇ ਨੂੰ ਸੱਚ ਦੱਸ ਕੇ ਵੀ ਆਹ ਚੀਜ਼ ਠੀਕ ਹੈ ਜਾਂ ਨਹੀਂ ਹੈ, ਤੂੰ ਇਹਨੂੰ ਠੀਕ ਕਰ, ਆਪਣੇ ਆਪ ਨੂੰ ਉੱਪਰ ਚੱਕ, ਆਪਣਾ ਜੀਵਨ ਉੱਚਾ ਸੁੱਚਾ ਬਣਾ, ਜੇ ਤੇਰੇ 'ਚ ਕੁਛ ਗਲਤੀਆਂ ਹੈਗੀਆਂ ਉਹਨਾਂ ਨੂੰ ਸੁਧਾਰ। ਸਿੱਖੀ ਉੱਚੀ ਸੁੱਚੀ ਆ, ਗੁਰਬਾਣੀ ਸ਼ੀਸ਼ਾ ਹੈ, ਸ਼ੀਸ਼ਾ, ਤੇ ਗੁਰਮੁਖ ਵੀ ਸ਼ੀਸ਼ਾ ਆ। ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਨਾ ਵਾ, ਗੁਰਬਾਣੀ ਦਾ ਚੱਲਦਾ ਫਿਰਦਾ ਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਆ। ਦਾਸ ਨੇ ਗੁਰਬਾਣੀ ਭਾਵੇਂ ਘੱਟ ਵੀ ਪੜ੍ਹੀ ਹੋਵੇ, ਜਿੰਨੀ ਪੜ੍ਹੀ ਆ ਉਹਨੂੰ ਅਪਲਾਈ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਜੇ ਮੈਂ ਵਿਦਵਾਨਾਂ ਦੀਆਂ ਗੱਲਾਂ ਸੁਣੀਆਂ, ਜੇ ਮੈਂ ਕਥਾਵਾਚਕਾਂ ਦੀਆਂ ਗੱਲਾਂ ਸੁਣੀਆਂ ਵਾ, ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਜਿੱਥੇ ਵੀ ਮੈਨੂੰ ਲੋੜ ਪਵੇ, ਮੈਂ ਚਾਹੇ ਕੋਈ ਹੋਰ ਧਰਮ ਦਾ ਇਨਸਾਨ ਹੀ ਹੋਵੇ, ਕੋਈ ਹਿੰਦੂਆਂ ਦਾ ਹੋਵੇ, ਕੋਈ ਮੁਸਲਮਾਨਾਂ ਦਾ ਹੋਵੇ, ਕ੍ਰਿਸਚਨਾਂ ਦਾ ਹੋਵੇ, ਉਹਨਾਂ ਨਾਲ ਕੋਈ ਚੰਗੇ ਗੁਣਾਂ ਦੀ ਸਾਂਝ, ਕੋਈ ਧਰਮ ਦੇ ਵਿਚਾਰਾਂ ਦੀ ਗੱਲ ਕਰੀਦੀ ਆ, ਸਿੱਖੀ ਦਾ ਕੁਛ ਨਾ ਕੁਛ। ਤੁਸੀਂ ਉਹ ਲੋਕ ਹੋ ਜਿਹੜੇ ਮੇਰੇ ਨਾਲ ਸਿਰ ਫਸਾਉਂਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦੀ ਤਰ੍ਹਾਂ ਪੂਜਦੇ ਆ, ਮੱਥਾ ਟੇਕ ਕੇ ਮੁੜੇ ਆਉਂਦੇ ਆ, ਅਖੰਡ ਪਾਠ ਕਰਾ ਲਿਆ, ਸੁਖਮਣੀ ਸਾਹਿਬ ਕਰ ਲਿਆ, ਕਰਮਕਾਂਡ ਕਰ ਲਿਆ ਸਾਰੇ, ਜੀਵਨ ਬਣਾਉਣ ਵੱਲ ਤੁਹਾਡਾ ਕੋਈ ਧਿਆਨ ਹੀ ਨਹੀਂ ਹੈ ਵੀ ਗੁਰੂ ਸਾਹਿਬ ਨੇ ਮਰਿਆਦਾ ਕੀ ਦੱਸੀ ਆ, ਕਿਹੜੇ ਅਸੀਂ ਕਰਮ ਕਰਨੇ ਨਹੀਂ ਕਰਨੇ, ਕਿੱਦਾਂ ਦਾ ਸਾਡੇ ਪਰਿਵਾਰਾਂ ਦਾ ਜੀਵਨ ਹੋਣਾ ਚਾਹੀਦਾ। ਤਾਂ ਤੁਹਾਨੂੰ ਲੱਗਦਾ ਵੀ ਮੈਂ ਨਿੰਦਿਆ ਕਰਦਾ ਰਹਿੰਦਾ ਸਾਰੀ ਦਿਹਾੜੀ, ਮੈਂ ਜੋ ਗੰਦ ਪੈ ਰਿਹਾ ਧਰਮ ਦੇ ਵਿੱਚ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਲੋਕਾਂ ਦੇ ਸਾਹਮਣੇ ਆਵੇ, ਉਹ ਬੰਦੇ ਜਿਹੜੇ ਬੰਦਿਆਂ ਨੂੰ ਮੈਂ ਸਾਹਮਣੇ ਲਿਆ ਰਿਹਾ ਵਾਂ, ਉਹ ਬੰਦਿਆਂ ਨੂੰ ਸ਼ਰਮ ਆਵੇ ਥੋੜ੍ਹੀ ਬਹੁਤੀ ਵੀ ਅਸੀਂ ਗਲਤ ਰਸਤੇ 'ਤੇ ਹਾਂ।
ਹੋਰ ਮੇਰਾ ਕੋਈ ਨਾ ਮੈਂ ਇਹਦਾ ਚੋਂ ਪੈਸਾ ਕਮਾਉਣਾ ਵਾ, ਨਾ ਕੋਈ ਮੇਰਾ ਫਾਇਦਾ ਨਹੀਂ ਹੈਗਾ, ਕਿਸੇ ਦੀ ਬੇਇੱਜ਼ਤੀ ਕਰਕੇ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਮੈਂ ਚਾਹੁੰਦਾ, ਪਰ ਮੇਰਾ ਮਕਸਦ ਇਹ ਹੀ ਆ, ਮੈਨੂੰ ਆਪਣੀ ਗੁਰਸਿੱਖੀ ਨਾਲ ਪਿਆਰ ਆ, ਠੀਕ ਹੈ, ਗੁਰੂ ਸਾਹਿਬ ਦੀ ਮਰਿਆਦਾ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਆ, ਮੈਨੂੰ ਉਹਨਾਂ ਨਾਲ ਪਿਆਰ ਆ। ਜਿਹੜਾ ਕੋਈ ਬੰਦਾ ਉਹਨਾਂ ਦੀ ਪੱਗ ਨੂੰ ਲੱਗਦਾ ਮੈਨੂੰ ਵੀ ਹਾਂ ਵੀ ਦਾਗ ਲਾ ਰਿਹਾ, ਜਿਹੜਾ ਸਿੱਖੀ ਨੂੰ ਢਹਿੰਦੀ ਕਲਾ ਵੱਲ ਲਿਜਾ ਰਿਹਾ, ਜਿਹੜਾ ਮੇਰੇ ਪਿਓ ਦੀ ਬਦਨਾਮੀ ਕਰਵਾ ਰਿਹਾ, ਆ ਉਹਦਾ ਕਿਰਦਾਰ ਸਹੀ ਨਹੀਂ ਹੈਗਾ, ਉਹਦਾ ਰਹਿਣਾ ਸਹਿਣਾ ਸਹੀ ਨਹੀਂ ਹੈ, ਉਹਦੇ 'ਤੇ ਮੈਂ ਬੋਲਦਾ ਵੀ ਮੇਰੇ ਪਿਓ ਦੀ ਜਿਹੜੀ ਪੱਗ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਨਾ, ਦਮਾਲੇ ਦਸਤਾਰਾਂ ਸਾਡੇ ਦਾੜੇ, ਉਹਨਾਂ ਨੂੰ ਦਾਗ ਨਾ ਲੱਗੇ, ਇਸ ਕਰਕੇ ਮੈਂ ਬੋਲਦਾ, ਠੀਕ ਹੈ ਵੀ ਸਾਡੇ ਪਿਓ ਦੀ ਪੱਗ ਨੂੰ, ਜੇ ਅੱਜ ਅਸੀਂ ਗਲਤੀਆਂ ਕਰਦੇ ਹਾਂ ਨਾ ਗੁਰਸਿੱਖੀ ਜੀਵਨ ਦੇ ਵਿੱਚ, ਅਸੀਂ ਗਲਤੀਆਂ ਕਰਦੇ ਹਾਂ, ਸਾਡੇ ਪਿਓ ਦੀ ਪੱਗ ਨੂੰ ਦਾਗ ਲੱਗਦਾ। ਅੱਜ ਕੱਲ੍ਹ ਉਹ ਜ਼ਮਾਨਾ ਨਹੀਂ ਹੈਗਾ ਕੋਈ ਪਿੰਡ ਪੱਧਰ 'ਤੇ ਵਰਲਡ ਵਾਈਡ ਦੀ ਗੱਲ ਆ, ਤੁਹਾਡੀ ਕੀਤੀ ਹੋਈ ਨਿੱਕੀ ਨਿੱਕੀ ਗਲਤੀ ਦੁਨੀਆ ਦੇਖਦੀ ਆ। ਚੰਗੇ ਕਰਮ ਕਰੋਗੇ ਲੋਕੀ ਸੋਭਾ ਕਰਨਗੇ, ਮਾੜੇ ਕਰਮ ਕਰੋਗੇ ਨਾ ਤਾਂ ਲੋਕੀ ਤੁਹਾਡੀ ਖਿੱਲੀ ਉਡਾਉਂਦੇ ਆ, ਤੁਹਾਡੀ ਬੇਇੱਜ਼ਤੀ ਕਰਦੇ ਆ। ਉਹ ਬੇਇੱਜ਼ਤੀ ਤੁਹਾਡੀ ਨਹੀਂ ਹੁੰਦੀ, ਉਹ ਬੇਇੱਜ਼ਤੀ ਗੁਰੂ ਸਾਹਿਬ ਦੀ ਹੁੰਦੀ ਹੈ। ਤਾਂ ਮੈਨੂੰ ਇਸ ਚੀਜ਼ ਦਾ ਦੁੱਖ ਲੱਗਦਾ ਵਾ ਵੀ ਮੇਰੇ ਗੁਰੂ ਸਾਹਿਬ ਦੀ ਸਿੱਖੀ ਮਰਿਆਦਾ ਜਿਹੜੀ ਹੈਗੀ ਉਹਨੂੰ ਕੋਈ ਢਾਹ ਨਾ ਲਾਵੇ, ਚੜ੍ਹਦੀ ਕਲਾ 'ਚ ਰਹੇ, ਤਰਕ ਨਾਲ ਜਿਹੜਾ ਹੈਗਾ ਵੀ ਉਹ ਅੱਗੇ ਵਧੇ, ਠੀਕ ਹੈ, ਆਪਣਾ ਜੀਵਨ ਉੱਚਾ ਸੁੱਚਾ ਬਣਾਵੇ, ਇਸ ਕਰਕੇ ਮੈਂ ਬੋਲਦਾ। ਅਤੇ ਜਿਹਨੂੰ ਨਿੰਦਿਆ ਲੱਗਦੀ ਲੱਗੀ ਜਾਵੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਦਾ ਵਿਰੋਧ ਕੀਤਾ ਸੀ, ਤਾਂ ਉਦੋਂ ਪੰਡਿਤ ਨੂੰ ਵੀ ਲੱਗਦਾ ਹੋਊਗਾ ਵੀ ਤੂੰ ਨਿੰਦਿਆ ਕਰ ਰਿਹਾ ਹੈ। ਜਦੋਂ ਸੂਰਜ ਨੂੰ ਪਾਣੀ ਦੇ ਰਿਹਾ ਸੀ ਪੰਡਿਤ, ਅਤੇ ਗੁਰੂ ਨਾਨਕ ਪਾਤਸ਼ਾਹ ਦੂਜੇ ਪਾਸੇ ਨੂੰ ਮੂੰਹ ਕਰਕੇ ਪਾਣੀ ਦੇਣ ਲੱਗ ਗਿਆ, ਅਤੇ ਉਹਨਾਂ ਦਾ ਜਿਹੜਾ ਪਾਣੀ ਦੀ ਜੋ ਉਹਨਾਂ ਦੀ ਮਰਿਆਦਾ ਸੀਗੀ ਉਹਨੂੰ ਤੋੜਿਆ ਸੀ, ਅਤੇ ਉਦੋਂ ਫਿਰ ਉਹ ਵੀ ਕਹਿੰਦੇ ਹੋਣੇ ਵੀ ਤੂੰ ਸਾਡੀ ਨਿੰਦਿਆ ਕਰ ਰਿਹਾ। ਸੱਚ ਦੇ ਸੱਚ ਦੀ ਗੱਲ ਕਰਨੀ, ਤਰਕ ਦੇ ਨਾਲ ਗੱਲ ਕਰਨੀ, ਨਿੰਦਿਆ ਨਹੀਂ ਹੁੰਦੀ। ਥੋੜ੍ਹਾ ਜਿਹਾ ਪੜ੍ਹਿਆ ਕਰੋ, ਮਾੜਾ ਮੋਟਾ ਗੁਰਬਾਣੀ ਤਰਕਾਂ ਦੇ ਨਾਲ ਭਰੀ ਪਈ ਆ। ਅਸੀਂ ਜੇ ਤਰਕ ਕਰਦੇ ਹਾਂ, ਸੱਚ ਬੋਲਦੇ ਹਾਂ, ਉਹ ਕਿਸੇ ਨੂੰ ਅਕਲ ਦੇਣ ਦੇ ਲਈ ਜਾਂ ਕਿਸੇ ਦੇ ਵਿਰੁੱਧ ਬੋਲਦੇ ਹਾਂ, ਉਹਨੂੰ ਅਕਲ ਦੇਣ ਲਈ ਬੋਲਦੇ ਹਾਂ, ਕੋਈ ਵੈਰ ਨਹੀਂ ਹੈ ਮੇਰਾ, ਸਾਰੇ ਅਸੀਂ ਭਾਈ ਭਾਈ ਹਾਂ। ਪਰ ਜਿਹੜਾ ਕੋਈ ਭਾਈ ਗਲਤੀ ਕਰਦਾ ਵਾ ਤੇ ਉਹਨੂੰ ਹੁਣ ਕਹਿਣਾ ਫਰਜ਼ ਨਹੀਂ ਹੈ ਸਾਡਾ, ਤੁਹਾਡੇ ਵਾਂਗੂ ਚੁੱਪ ਕਰਕੇ ਬਹਿ ਜਾਈਏ ਵੀ ਨਿੰਦਿਆ ਨਹੀਂ ਕਰਨੀ, ਨਿੰਦਿਆ ਜੀ ਕਰਨੀ। ਨਿੰਦਿਆ ਦੇ ਅਰਥ ਪੜ੍ਹ ਲਓ, ਤਾਂ ਤੁਸੀਂ ਕਿਸੇ ਕਥਾਵਾਚਕ ਤੋਂ ਹੀ ਪੁੱਛ ਲਓ ਵੀ ਨਿੰਦਿਆ ਕਿਹਨੂੰ ਕਹਿੰਦੇ ਆ। ਪਤਾ ਤੁਹਾਨੂੰ ਕਿਸੇ ਚੀਜ਼ ਦਾ ਵੀ ਨਹੀਂ ਹੈਗਾ, ਨਾ ਤੁਹਾਨੂੰ ਉਸਤਤ ਦਾ ਪਤਾ, ਨਾ ਤੁਹਾਨੂੰ ਨਿੰਦਿਆ ਦਾ ਪਤਾ ਆ। ਉੱਦਾਂ ਹੀ ਬਸ ਕਹੀ ਜਾਣਾ, ਜੇ ਨਿੰਦਿਆ ਹੀ ਕਰੀ ਜਾਂਦਾ ਰਹਿੰਦਾ ਤਾਂ ਸਾਰੀ ਦਿਹਾੜੀ ਨਿੰਦਿਆ ਨਿੰਦਿਆ ਨੁੰਦਿਆ ਕੁਛ ਨਹੀਂ ਕਰਦਾ, ਮੈਂ ਗੰਦਗੀ ਕੱਢ ਰਿਹਾ ਵਾਂ। ਹਾਂ ਇੰਨਾ ਜ਼ਰੂਰ ਆ ਵੀ ਗੰਦਗੀ ਦੇ ਵਿੱਚ ਕੱਢਣ ਦੇ ਲਈ, ਗੰਦਗੀ ਦੇ ਵਿੱਚ ਜਦੋਂ ਆਪਾਂ ਵੜਦੇ ਹਾਂ ਤਾਂ ਛਿੱਟੇ ਪੈ ਜਾਂਦੇ ਆ, ਉਹ ਇੰਨਾ ਕੁ ਥੋੜ੍ਹਾ ਬਹੁਤਾ ਮੈਨੂੰ ਲਿਬੜਨਾ ਪੈਂਦਾ, ਤੁਹਾਡੀਆਂ ਗੱਲਾਂ ਗੁੱਲਾਂ ਸੁਣਨੀਆਂ ਪੈਂਦੀਆਂ, ਅਤੇ ਉਹ ਕੋਈ ਗੱਲ ਨਹੀਂ। ਪਰ ਮੈਂ ਜਿਹੜਾ ਹੈਗਾ ਗੰਦਗੀ ਜਿੰਨੀ ਕੁ ਮੇਰੇ ਤੋਂ ਹੋਊਗੀ ਪੰਥ ਦੇ ਵਿੱਚ ਜੋ ਪੈ ਗਿਆ ਵਾ, ਜੇ ਮੈਂ ਤਾਂ ਕਹਿੰਦਾ ਸਾਰੇ ਬੋਲੋ, ਤੁਸੀਂ ਪਹਿਲਾਂ ਆਪਣੇ ਜੀਵਨ ਬਣਾਓ, ਗੁਰਬਾਣੀ ਪੜ੍ਹੋ, ਉਸ ਤੋਂ ਬਾਅਦ ਜਿਹੜਾ ਬੰਦਾ ਗਲਤ ਆ ਬੋਲੋ, ਉਹ ਬੰਦੇ ਨੂੰ ਸ਼ਰਮ ਆਊਗੀ, ਉਹ ਵੀ ਕੋਸ਼ਿਸ਼ ਕਰੂਗਾ ਆਪਣਾ। ਅਤੇ ਜੇ ਤੁਸੀਂ ਬੋਲਦੇ ਹੀ ਨਹੀਂ ਹੈਗੇ, ਜਿਹੜੀਆਂ ਚੀਜ਼ਾਂ ਗਲਤ, ਪੰਥ ਗਾਂਹ ਦੀ ਗਾਂਹ ਗਿਰਾਵਟ ਵੱਲ ਨੂੰ ਜਾ ਰਿਹਾ ਆ, ਠੀਕ ਹੈ, ਸਿੱਖੀ ਜਿਹੜੀ ਹੈਗੀ ਆ ਉਹਦੀਆਂ ਧੱਜੀਆਂ ਉੱਡ ਗਈਆਂ, ਠੀਕ ਹੈ, ਲੋਕਾਂ ਨੇ ਸਿੱਖੀ ਨੂੰ ਮਜ਼ਾਕ ਸਮਝ ਲਿਆ, ਤਾਂ ਤੁਸੀਂ ਬੋਲੋ ਹੀ ਨਾ ਨਿੰਦਿਆ ਦੇ ਚੱਕਰ ਦੇ ਵਿੱਚ। ਕੋਈ ਜੋ ਮਰਜ਼ੀ ਕਰੀ ਜਾਵੇ, ਬਸ ਈਸਾਈ ਨਾ ਬਣਨ, ਗੋਲਕ ਜਿਹੜੀ ਹੈਗੀ ਸਾਡੀ ਆਈ ਜਾਵੇ, ਅਤੇ ਗੁਰਦੁਆਰਿਆਂ ਦੇ ਵਿੱਚ ਸੰਗਤ ਆਈ ਜਾਵੇ, ਭਾਵੇਂ ਉਹ ਡੱਕੇ ਦਾ ਉਹਨਾਂ ਨੂੰ ਗਿਆਨ ਨਾ ਹੋਵੇ, ਭਾਵੇਂ ਉਹਨਾਂ ਦਾ ਕੋਈ ਜੀਵਨ ਨਾ ਹੋਵੇ, ਬਸ ਭੇਡਾਂ ਨੂੰ ਟਿੱਕਾ ਸਾਡਾ ਲੱਗਾ ਹੋਣਾ ਚਾਹੀਦਾ ਵੀ ਇਹ ਸਾਡੀ ਆ, ਵੀ ਇਹ ਜਿਹੜੀ ਗੋਲਕ 'ਚ ਪੈਸਾ ਸਾਡੇ ਪਾਊਗੀ। ਮੈਂ ਨਹੀਂ ਇਸ ਚੀਜ਼ ਨਾਲ ਸਹਿਮਤ, ਜਿਹੜੇ ਬੰਦਿਆਂ ਨੇ ਪੰਥ
ਪੰਥ ਦੀ ਗੱਲ ਕਰਨੀ ਆ ਜਾਂ ਪੰਥਕ ਲੋਕ ਆਪਣੇ ਆਪ ਨੂੰ ਅਖਵਾਉਂਦੇ ਆ, ਉਹਨਾਂ ਨੂੰ ਬੰਦਿਆਂ ਵਾਂਗੂ ਚੱਲਣਾ ਪਊਗਾ ਪੰਥਕ ਹੋ ਕੇ। ਤੇ ਜੇ ਨਹੀਂ ਚੱਲਣਾ ਚਾਹੁੰਦੇ ਫੇਰ ਭਾਵੇਂ ਈਸਾਈ ਵੀ ਬਣ ਜਾਣ, ਫੇਰ ਮੈਂ ਨਹੀਂ ਕਹਿੰਦਾ ਵੀ ਭਾਈ ਵੀ ਤੁਸੀਂ ਕਿਉਂ ਈਸਾਈ ਬਣਨੇ। ਜਿਹੜਾ ਬੰਦਾ ਕੱਚਾ ਪਿੱਲਾ ਵਾ ਉਹਦੇ ਨਾਲ ਸਾਨੂੰ ਕੋਈ ਹੈ ਹੀ ਨਹੀਂ ਇੰਨਾ, ਉਹ ਜਿੱਥੇ ਜਾਂਦਾ ਜਾਵੇ। ਸਿੱਖੀ ਸਿੱਖੀ ਨੂੰ ਕੋਈ ਫਰਕ ਨਹੀਂ ਹੈ। ਕਿ ਤੁਸੀਂ ਕੀ ਸੋਚਦੇ ਆ ਵੀ ਜੇ ਕੋਈ ਬੰਦਾ ਸਿੱਖੀ ਛੱਡ ਕੇ ਚੱਲ ਜਾਊਗਾ ਤਾਂ ਗੁਰੂ ਨਾਨਕ ਨੂੰ ਕੋਈ ਘਾਟਾ ਪੈ ਜਾਊਗਾ, ਕੋਈ ਸਿੱਖੀ ਖਾਲਸਾ ਪੰਥ ਨੂੰ ਕੋਈ ਘਾਟਾ ਪੈ ਜਾਊਗਾ? ਉਹ ਜਿਹਨੇ ਧੱਕੇ ਖਾਣੇ ਜਿੱਥੇ ਮਰਜ਼ੀ ਖਾਵੇ, ਨਾ ਗੁਰੂ ਸਾਹਿਬ ਨੂੰ ਕੋਈ ਘਾਟਾ ਵਾ, ਨਾ ਉਸ ਅਕਾਲ ਪੁਰਖ ਨੂੰ ਕੋਈ ਘਾਟਾ ਵਾ। ਠੀਕ ਹੈ, ਜੇ ਤੁਸੀਂ ਸਿੱਖੀ ਦੇ ਵਿੱਚ ਆਉਂਗੇ ਤੇ ਚੰਗਾ ਜੀਵਨ ਬਣਾਓਗੇ, ਆਪਣਾ ਬਣਾਓਗੇ, ਸੋਭਾ ਆਪਣੀ ਕਰਾਉਂਗੇ। ਜੇ ਨਹੀਂ ਆਉਣਾ, ਨਹੀਂ ਸੱਚ ਤੇ ਖੜਨਾ, ਧੱਕੇ ਖਾਓਗੇ, ਜੋ ਵੀ ਖਾਣੇ ਆ ਖਾਈ ਜਾਓ, ਤੁਹਾਨੂੰ ਪੂਰੀ ਆਜ਼ਾਦੀ ਹੈ। ਠੀਕ ਹੈ, ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਭਾਈ। ਜਿਹਨਾਂ ਨੂੰ ਨਿੰਦਿਆ ਲੱਗਦੀ ਹੈ ਨਾ, ਨਿੰਦਿਆ ਨਹੀਂ ਮੈਂ ਕਰਦਾ, ਮੈਨੂੰ ਦੁੱਖ ਆ ਆਪਣੇ ਗੁਰੂ ਦੇ ਸਿਧਾਂਤਾਂ ਦਾ, ਆਪਣੀ ਗੁਰੂ ਦੀ ਬਾਣੀ ਜੋ ਮੈਂ ਪੜ੍ਹਦਾ ਵਾਂ, ਵੀ ਗੁਰੂ ਸਾਹਿਬ ਕਹਿੰਦੇ ਕੁਛ ਹੋਰ ਆ, ਅਸੀਂ ਕਰੀ ਕੁਛ ਹੋਰ ਜਾਂਦੇ ਹਾਂ। ਠੀਕ ਹੈ, ਮੈਂ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕੇ, ਠੀਕ ਹੈ, ਗੁਰਬਾਣੀ ਪੜ੍ਹ ਕੇ, ਠੀਕ ਹੈ, ਮੈਨੂੰ ਦੁੱਖ ਲੱਗਦਾ ਵਾ ਵੀ ਨਹੀਂ ਯਾਰ, ਵੀ ਗੁਰੂ ਸਾਹਿਬ ਸਾਨੂੰ ਬਣਾ ਕੇ ਕੀ ਗਿਆ ਸੀ, ਅਸੀਂ ਬਣੇ ਕੀ ਫਿਰਦੇ ਹਾਂ। ਇਸ ਕਰਕੇ ਮੈਂ ਇਹ ਨਿੰਦਿਆ ਕਰਦਾ ਵਾਂ। ਠੀਕ ਹੈ, ਮੈਂ ਵੈਰ ਪਾ ਰਿਹਾ, ਠੀਕ ਹੈ, ਲੋਕਾਂ ਦਾ ਮੇਰੇ ਨਾਲ ਵੈਰ ਪੈ ਰਿਹਾ, ਇਹਦੇ ਵਿੱਚ ਮੇਰਾ ਕੀ ਫਾਇਦਾ? ਕੀ ਪਤਾ ਕੱਲ੍ਹ ਨੂੰ ਪਤਾ ਨਹੀਂ ਮੈਂ ਕਦੋਂ ਮੁੱਕ ਜਾਵਾਂ। ਪਰ ਨਹੀਂ, ਇਹ ਇੱਕ ਜਨੂਨ ਆ ਵੀ ਜੇ ਜਿਹੜੀ ਗੱਲ ਸੱਚ ਦੀ ਹੈ ਉਹ ਕਰਨੀ ਆ। ਜਿਹੜਾ ਬੰਦਾ ਝੂਠਾ ਵਾ, ਠੀਕ ਹੈ, ਜਿਹੜਾ ਬੰਦਾ ਮਰਿਆਦਾ ਦੇ ਨਹੀਂ ਖਰਾ ਉਤਰਦਾ, ਉਹਨੂੰ ਚਾਨਣਾ ਪਾਉਣਾ, ਉਹ ਅਕਲ ਲਵੇ ਉਸ ਚੀਜ਼ ਤੋਂ। ਉਹ ਜੇ ਤੁਸੀਂ ਸੱਚੇ ਹੋਵੋਗੇ, ਹਿੱਕ ਤਾਣ ਕੇ ਸਮਾਜ ਦੇ ਵਿੱਚ ਸਿਰ ਚੱਕ ਕੇ ਤੁਰ ਸਕਦੇ ਆ। ਤੇ ਜਿਹੜਾ ਬੰਦਾ ਝੂਠਾ ਆ ਨਾ, ਜਿੰਨਿਆਂ ਦੀ ਤੁਸੀਂ ਕਹਿੰਦੇ ਨਿੰਦਿਆ ਕਰਦਾ ਰਹਿੰਦਾ, ਉਹ ਬੰਦੇ ਲਾਈਵ ਟੀਵੀ ਤੇ ਆ ਕੇ ਜਾਂ ਕਿਤੇ ਵੀ ਕਿਤੇ ਡਿਸਕਸ਼ਨ ਨਹੀਂ ਕਰ ਸਕਦੇ। ਉਹ ਝੂਠੇ ਆ ਬੰਦੇ, ਉਹਨਾਂ ਨੂੰ ਸ਼ਰਮ ਆਉਂਦੀ ਆ, ਫਿਰ ਲੁਕਦੇ ਫਿਰਦੇ ਉਹ। ਸੱਚਾ ਬੰਦਾ ਕਦੇ ਨਹੀਂ ਲੁਕਦਾ ਹੁੰਦਾ, ਸ਼ਰੇਆਮ ਅਸੀਂ ਲੁਕ ਕੇ ਕਾਹਤੋਂ ਜ਼ਿੰਦਗੀ ਕੱਟੀਏ? ਸ਼ਰੇਆਮ ਜ਼ਿੰਦਗੀ ਜੀਓ, ਜੇ ਤੁਹਾਡੇ ਪੱਲੇ ਸੱਚ ਆ, ਮਰਿਆਦਾ ਤੇ ਤੁਸੀਂ ਖਰੇ ਉਤਰਦੇ ਆ, ਬਾਣੀ ਤੁਸੀਂ ਪੜ੍ਹਦੇ ਆ, ਗਲਤੀਆਂ ਤੁਸੀਂ ਨਹੀਂ ਕਰਦੇ, ਤੁਹਾਨੂੰ ਫਿਕਰ ਕਾਹਦਾ? ਮੇਰੀ ਨਿੰਦਿਆ ਕਰੋ, ਮੈਂ ਕਹਿੰਦਾ ਮੇਰੀ ਨਿੰਦਿਆ ਕਰੋ ਜਿੰਨੀ ਹੁੰਦੀ, ਮੈਨੂੰ ਕੋਈ ਪਰਵਾਹ ਨਹੀਂ, ਕਾਹਦੀ ਕਰੋਗੇ? ਮੈਂ ਇੱਦਾਂ ਦਾ ਕੰਮ ਹੀ ਨਹੀਂ ਕਰਦਾ, ਨਾ ਮੈਂ ਮਰਿਆਦਾ ਤੋੜਾਂ ਕੋਈ, ਨਾ ਕੋਈ ਮੇਰਾ ਜੀਵਨ ਮੈਂ ਕਹਾਂ, ਠੀਕ ਹੈ, ਦੇਸੀ ਜਿਹਾ ਬੰਦਾ ਮੈਂ, ਆਹ ਦੇਖ ਲਓ, ਆਮ ਜੀ ਜ਼ਿੰਦਗੀ ਮੈਂ ਜੀਣਾ ਵਾਂ। ਇਹ ਵੀ ਨਹੀਂ ਕਹਿੰਦਾ ਚਲੋ ਕੋਈ ਟੌਹਰ ਦੀ ਜੀਣੀ ਹੈ, ਟੌਹਰ ਦੀ ਜਿੱਦਾਂ ਮਰਜ਼ੀ ਜੀਵੇ, ਪਰ ਕੋਈ ਮਰਿਆਦਾ 'ਚ ਤਾਂ ਰਹੇ ਕਿ ਨਹੀਂ। ਦੇਖ ਕੇ ਲੋਕ ਕਹਿਣ ਤਾਂ ਸਹੀ ਵੀ ਆ ਭਾਈ, ਮੂਹਰਿਓਂ ਸ਼ਕਲ ਸੂਰਤ ਤੋਂ ਹੀ, ਲੀੜੇ ਕੱਪੜੇ ਤੋਂ ਵੀ ਗੁਰੂ ਦਾ ਸਿੱਖ ਆ, ਉਹਦਾ ਪਰਿਵਾਰ ਨੂੰ ਦੇਖ ਕੇ ਕਹਿਣ। ਅੰਦਰ ਤਾਂ ਕਿਸੇ ਦੇ ਵੜਿਆ ਹੀ ਨਹੀਂ ਜਾ ਸਕਦਾ, ਅੰਦਰ ਤਾਂ ਪਤਾ ਨਹੀਂ ਹਰੇਕ ਬੰਦੇ ਦੇ ਕੀ ਚੱਲਦਾ, ਪਰ ਯਾਰ ਬਾਹਰੋਂ ਤਾਂ ਬਣੋ ਤੁਸੀਂ, ਆਪਣਾ ਸਰੂਪ, ਆਪਣੇ ਕੰਮ ਕਾਰ, ਆਪਣਾ ਕੋਈ ਜਿਹੜਾ ਪਰਿਵਾਰਾਂ ਦਾ ਸਿਸਟਮ ਹੈ ਉਹਦੇ ਵਿੱਚ ਤਾਂ ਤੁਹਾਡੇ ਗੁਰਮਤ ਲਾਗੂ ਹੋਵੇ, ਅਸੂਲ ਰੱਖੋ ਕਿ ਨਹੀਂ ਆਪਣੇ ਘਰਾਂ ਦੇ, ਕਿ ਇਕੱਲਾ ਧਰਮ ਧੰਦਾ ਬਣਾ ਲਿਆ ਵਾ ਪੈਸਾ ਕਮਾਉਣ ਲਈ ਥੋੜੋ ਆ। ਇਹ ਗੱਲ ਕਿਸੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਸਾਰਿਆਂ ਦੇ ਲਈ ਨਹੀਂ ਹੈਗੀ। ਜਿਹੜਾ ਵੀ ਬੰਦਾ ਗੁਰਸਿੱਖ ਹੈਗਾ, ਜੇ ਉਹਨੇ ਖੰਡੇ ਬੱਟ ਦੀ ਪੌਲ ਲੈਣੀ ਆ ਤਾਂ ਫਿਰ ਚੜ੍ਹਦੀ ਕਲਾ ਵਾਲਾ ਸਿੰਘ ਬਣੇ, ਤੇ ਜੇ ਨਹੀਂ ਬਣ ਸਕਦਾ ਫਿਰ ਖੰਡੇ ਬੱਟ ਦੀ ਪੌਲ ਨਾ ਲਵੇ। ਤੇ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਵੀ ਤੁਸੀਂ ਖੰਡੇ ਬੱਟ ਦੀ ਪੌਲ ਵੀ ਲਓ, ਠੀਕ ਹੈ, ਤੇ ਤੁਹਾਡੀਆਂ ਜਨਾਨੀਆਂ ਨੂੰ ਤੁਸੀਂ ਧੱਕੇ ਨਾਲ ਪੌਲ ਵੀ ਦਵਾਓ ਵੀ ਭਾਈ ਮੈਂ ਅੰਮ੍ਰਿਤਧਾਰੀ ਹਾਂ, ਤੇ ਉਸ ਤੋਂ ਬਾਅਦ ਉਹ ਮਰਿਆਦਾ ਵੀ ਨਾ ਮੰਨਣ, ਬਿਊਟੀ ਪਾਰਲਰਾਂ 'ਚ ਤੁਰੀਆਂ ਫਿਰਨ, ਉਹਦੇ ਨਾਲੋਂ ਸਿੱਖੀ 'ਚ ਆਉਣ ਦੀ ਲੋੜ ਨਹੀਂ ਹੈਗੀ। ਇੱਦਾਂ ਦੇ ਕੱਚੇ ਪਿੱਲੇ ਗੁਰੂ ਸਾਹਿਬ ਨੇ ਨਹੀਂ ਕਿਹਾ ਸੀ ਵੀ ਤੁਸੀਂ ਭਰਤੀ ਹੋਵੋ ਤੇ ਤੁਸੀਂ ਆਪਣਾ ਆਰਾਮ ਨਾਲ ਇੰਜੋਏ ਕਰੋ, ਭੰਗੜੇ ਭੁੰਗੜੇ ਪਾਓ ਕਿਤੇ, ਠੀਕ ਆ, ਜਿਹੜੀਆਂ ਓਰਕੈਸਟਾਂ ਹੁੰਦੀਆਂ ਜਾਂ ਕੋਈ ਹੋਰ ਨੱਚਣ ਗਾਉਣ ਵਾਲੇ ਹੁੰਦੇ ਉਹਨਾਂ ਨਾਲ ਸੰਪਰਕ ਕਰ ਲਓ, ਕਿਤੇ ਸਟੇਜਾਂ ਸਟੂਡੀਆਂ 'ਤੇ ਨੱਚ ਆਇਆ ਕਰੋ। ਕੋਈ ਕੀਰਤਨ ਕਥਾ ਜਾਂ ਹੋਰ ਕੋਈ ਪ੍ਰਚਾਰ ਕਰਨ ਦੀ ਧਰਮ ਦਾ ਲੋੜ ਨਹੀਂ ਹੈਗੀ, ਅਤੇ ਨਜ਼ਾਰੇ ਕਰੋ।